ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਲੱਖੀ ਸ਼ੇਰਗਿੱਲ। ਬਈ ਮੈਂ ਆਇਆ ਸੀਗਾ ਇੱਧਰ ਆਪਣੇ ਟਰੱਕ 'ਤੇ ਗੇੜਾ ਮਾਰਨ, ਜਾੜ 'ਚ ਆਇਆ ਸੀਗਾ ਸਮਾਨ ਚੱਕਣ ਕੁਛ, ਅਤੇ ਇੱਥੇ ਦੇਖਿਆ ਬਾਈ ਤਾਂ ਹਰੇਕ ਵੀਰੀ ਮੈਂ ਇੱਥੇ ਵੀਕਐਂਡ ਵਗੈਰਾ 'ਤੇ ਕਈ ਵਾਰੀ ਦੇਖਿਆ ਹੈਗਾ ਅਤੇ ਟਰੱਕ ਧੋਣ ਆਉਂਦੇ ਹੁੰਦੇ ਆ ਇਹ ਜਾੜ 'ਚ, ਜਿੰਨੇ ਵੀ ਲਾ ਲਓ ਆਹ ਟਰੱਕ ਖੜ੍ਹੇ ਹੈਗੇ ਜ਼ਿਆਦਾਤਰ, ਅਤੇ ਇਹਨਾਂ ਨੂੰ ਇਹ ਧੋ ਕੇ ਜਾਂਦੇ ਆ ਇਹ ਹਫ਼ਤੇ ਦੀ ਹਫ਼ਤੇ ਆਉਂਦੇ ਹੀ ਆਉਂਦੇ ਆ, ਲਾ ਲਓ ਹਫ਼ਤੇ ਬਾਅਦ ਪਤਾ 15 ਦਿਨਾਂ ਬਾਅਦ ਆਉਂਦੇ ਆ। ਮੈਂ ਜ਼ਿਆਦਾਤਰ ਇਹਨਾਂ ਨੂੰ ਵੀਕਐਂਡ 'ਤੇ ਦੇਖਿਆ ਹੈਗਾ ਅਤੇ ਇੱਥੇ ਹੁੰਦੇ ਹੈਗੇ, ਅਤੇ ਅੱਜ ਮੈਂ ਵੀ ਮਖਾਂ ਯਾਰ ਇਹਨਾਂ ਤੋਂ ਧਵਾਈਏ ਕਿਉਂਕਿ ਇਹਨਾਂ ਨਾਲ ਫਾਇਦਾ ਬਹੁਤ ਹੋ ਜਾਂਦਾ। ਨਹੀਂ ਰੋਡ 'ਤੇ ਜਦੋਂ ਜਾਂਦੇ ਆਉਂਦੇ ਹੈਗੇ ਉਦੋਂ ਕਿਤੇ ਰੋਕ ਦਿਆਂਗੇ ਟਰੱਕ ਦਬਾਉਣਾ, ਅਤੇ ਟਾਈਮ ਬਹੁਤ ਖਰਾਬ ਹੁੰਦਾ ਗਾ, ਭੀੜ ਲੱਗੀ ਹੁੰਦੀ ਆ ਅਤੇ ਉਹ ਵਧੀਆ ਵੀ ਨਹੀਂ ਧੋਂਦੇ ਹੈਗੇ ਕਿਉਂਕਿ ਕਾਹਲੀ ਹੁੰਦੀ ਆ ਉਹਨਾਂ ਨੂੰ ਵੀ ਛੇਤੀ ਛੇਤੀ ਧੋ ਦਈਏ, ਹੈ ਨਾ, ਅਤੇ ਹੋਰ ਵੀ ਟਰੱਕ ਧੋਣੇ ਹੁੰਦੇ ਹੈਗੇ ਇੱਥੇ ਵੀਰ। ਇਹਨਾਂ ਨੂੰ ਜੇ ਇਹਨਾਂ ਤੋਂ ਧਵਾਉਂਦੇ ਆ ਮੰਨ ਲਓ ਇਹ ਵਧੀਆ ਧੋਂਦੇ ਹੈਗੇ, ਇੱਕ ਤਰ੍ਹਾਂ ਦਾ ਗਾਹਕ ਬੰਨ੍ਹਣ ਵਾਲੀ ਗੱਲ ਹੋ ਜਾਂਦੀ ਵੀ ਗਾਹਕ ਬੰਨਿਆ ਜਾਂਦਾ ਨਾ। ਆ ਦੇਖੋ ਆਹ ਇਹਨਾਂ ਲੱਗੇ ਹੁੰਦਾ ਇਹ ਸੈਕਟ ਮਸ਼ਾਰਾ, ਅਤੇ ਉਹ ਟਰੱਕ ਲੱਗੇ ਮੇਰਾ ਧੋਣ ਹੁਣ, ਨਾਲੇ ਰੇਟ ਵੀ ਸਾਰਾ ਜਾਇਜ਼ ਹੈ ਇਹਨਾਂ ਦਾ, ਮੋਟਰ ਵਾਸ਼ ਕਰਦੇ ਹੈਗੇ ਅਤੇ ਟਾਇਰ ਡਰੈਸਿੰਗ ਟਾਇਰ ਸਾਈਨ ਆਪਣੇ ਟਰੱਕ ਟਰੇਲ ਦਾ, ਹੁਣ ਮੈਂ ਦੋਨੇ ਧਵਾਉਣੇ ਇਹਨਾਂ ਤੋਂ। ਉਹ ਦੇਖੋ ਉਹ ਲੱਗੇ ਉੱਧਰ, ਉਹ ਲੱਗੇ ਪਏ ਹੈਗੇ ਧੋਣ, 3 ਜਣੇ ਹੈਗੇ ਜਿਵੇਂ ਆਹ ਵੀ ਟਰੱਕ ਇਹ ਧੋ ਗਏ ਹਟਿਆ ਗਿਆ ਆਹ, ਅਤੇ ਵਧੀਆ, ਅਤੇ ਉੱਧਰਲੇ ਨਾਲ ਜਿੰਨੇ ਵੀ ਟਰੱਕ ਨੇ ਉਹ ਇਹਨਾਂ ਦੇ ਮੂੰਹ ਇਹਨਾਂ ਦੇ ਪਰਾਂ ਨੂੰ ਕਰਕੇ ਖੜਾਏ ਹੋਏ ਨੇ ਦੂਜਿਆਂ ਦੇ, ਅਤੇ ਸਾਰੇ ਇਹਨਾਂ ਨੇ ਧੋ ਕੇ ਹਟਿਆ ਗਏ ਉਹ ਤਾਂ ਇੱਧਰਲੇ ਸਾਰੇ ਟਰੱਕ ਇਹ ਧੋ ਕੇ ਹਟਿਆ, ਅਤੇ ਦਿਖਾਉਣਾ ਤੁਹਾਨੂੰ ਹੈ ਨਾ ਮੈਂ। ਆਹ ਦੇਖੋ ਟਰੱਕ ਗੰਦਾ ਹੋਇਆ ਸੀਗਾ, ਅਤੇ ਮੈਂ ਸੋਚਦਾ ਸੀ ਵੀ ਕੱਲ੍ਹ ਨੂੰ ਕੰਮ 'ਤੇ ਜਾਣ ਲੱਗਿਆ ਧਵਾਉਂਗਾ, ਅਤੇ ਪਰ ਚਲੋ ਆਹ ਵਧੀਆ ਗੱਲ ਬਣ ਗਈ ਅੱਜ ਹੀ। ਅੱਜ ਇੱਥੇ ਧੋਈ ਜਾਂਦੇ ਹੈਗੇ, ਸਾਫ਼ ਹੋ ਜੂਗਾ ਟਰੱਕ, ਇਹਦਾ ਗੰਦਾ ਬਹੁਤ ਹੋਇਆ ਸੀਗਾ। ਉਹ ਦੇਖੋ ਦੇਖੋ ਇੱਧਰ ਉਹਨੇ ਪਾਣੀ ਮਾਰਤਾ, ਉਹ ਜਿੱਥੇ ਮਾਰੀ ਜਾਂਦਾ ਤਾਂ ਗੰਦਾ ਹੋਇਆ ਸੀਗਾ ਵਾਹਵਾ, ਅਤੇ ਨਾਲ ਦੇਖੋ ਜਾੜ 'ਚ ਮਾਹੌਲ ਪੂਰਾ ਵਧੀਆ ਹੈਗਾ, ਅਤੇ ਦਿਖਾ ਦਿਆਂ ਤੁਹਾਨੂੰ ਇਹ ਵੀ ਇੱਧਰ ਹੈਗੀਆਂ ਭੇਡਾਂ ਦੀ ਬੱਕਰੀਆਂ ਇੱਧਰ, ਅਤੇ ਇੱਧਰ ਕੁਛ ਇੱਧਰ ਹੈਗੇ ਉਹ ਮੁਰਗੀ ਸੇਵਾ ਸੂਬਾ 'ਤੇ ਬੈਠੀ ਲੱਗਦੀ ਹੈਗੀ, ਇਹਨਾਂ ਨੂੰ ਪਤਾ ਨਹੀਂ ਕਟੋਰ ਕਹਿੰਦੇ ਆ, ਪਤਾ ਨਹੀਂ ਕਬੂਟਾ ਵਾਲਿਆਂ ਦਾ ਖੜਾ ਟਰੈਕਟਰ। ਉਹ ਟਰੱਕ ਡੈਮੇਜ ਹੋਇਆ ਉੱਧਰ ਵੀ, ਆਹ ਦੇਖੋ ਆਹ ਸਾਰੇ ਜਿਹੜੇ ਇੱਦਾਂ ਬੰਦ ਕੀਤੇ ਹੋਏ ਆ, ਇਹ ਸਾਰੇ ਲੜਾਕੂ ਮੁਰਗੇ ਨੇ ਤਾਂ ਹੀ ਇਹ ਬੰਦ ਕੀਤੇ ਹੋਏ, ਅਤੇ ਆਹ ਦੇਖੋ ਬਈ ਜਿੰਨੇ ਵੀ ਆਏ ਸਾਰੀ ਚੀਜ਼ਾਂ 'ਚ ਬੰਦ ਕੀਤੇ ਹੋਏ ਹੈਗੇ, ਇਹ ਸਾਰੇ ਲੜਾਕੂ ਮੁਰਗੇ ਆ। ਲੇਕਿਨ ਇੱਧਰ ਵੀ ਕੁੱਡੇ ਆ, ਮਾਹੌਲ ਪੂਰਾ ਘੈਂਟ ਹੁੰਦਾ ਹੈਗਾ ਇੱਥੇ ਜਾੜ 'ਚ। ਅਦੇ ਉਹ ਟਰੱਕਾਂ ਦੇ ਮੂੰਹ ਇੱਧਰ ਨੂੰ ਕਰਕੇ ਖੜਾਏ ਹੋਏ, ਮੈਂ ਤਾਂ ਇਹਨਾਂ ਨਾਲ ਹੀ ਕਰ ਲੈਣਾ ਹੁਣ ਪੱਕਾ, ਵੀ ਜਦੋਂ ਆਇਆ ਕਰੋਗੇ ਤੁਸੀਂ 15 ਕੁ ਦਿਨਾਂ ਬਾਅਦ ਮੈਨੂੰ ਲੱਗਦਾ ਫਾਇਦ ਹੁੰਦੇ ਹੋਣਗੇ ਇਹ ਟਰੱਕ, ਅਤੇ ਰੇਟ ਵੀ ਜਿੰਨਾ ਕੁ ਬਾਹਰ ਹੈਗਾ ਉਹਨਾਂ ਨਾਲੋਂ ਪੂਰਾ ਘੱਟ ਹੀ ਹੈਗਾ, ਵੱਧ ਨਹੀਂ ਹੈਗਾ। ਅਤੇ ਇੱਥੇ ਖੜਾ ਟਰੱਕ ਧੋ ਜਾਇਆ ਕਰਨਗੇ ਆਪੀ, ਅਤੇ ਫੋਨ ਕਰ ਦਿਆ ਕਰਨ ਵੀ ਟਰੱਕ ਧੋਤਾ ਨਾ, ਅਤੇ ਪੈਸੇ ਇਹਨਾਂ ਨੂੰ ਟ੍ਰਾਂਸਫਰ ਕਰ ਦਿਆ ਕਰਾਂਗੇ।
ਕਹਿੰਦਾ ਵੀ ਦੇਖੋ ਫਿਰ ਕੰਮ ਪੂਰਾ ਬਈ ਤਾਕੜਾ ਕਰਦੇ ਪਿਆ ਬੰਦੇ, ਦੇਖ ਲਓ ਦੇਖੀ ਇਹਨਾਂ ਨੇ ਸ਼ਰਾ ਲਾ ਦੇਣਾ ਕੰਮ ਦਾ ਤਾਂ ਦੇਖੋ ਬਈ। ਘੈਂਟ ਕੰਮ ਕਰਦੇ ਹੈਗੇ ਪੂਰਾ, ਚਮਕਾ ਦੇਣਾ ਚਮਕਾ ਟਰੱਕ। ਦੇਖੋ ਜੀ ਗੱਲਬਾਤ ਪੂਰੀ, ਦੇਖ ਇੱਧਰਲੇ ਬੰਦੇ ਹੋ ਪਹਿਲਾਂ ਧੋ ਗਏ ਅਤੇ ਦੁਬਾਰੇ ਹਜੇ ਮਾਰਨਾ ਪਾਣੀ। ਸ਼ਰਾ ਗੱਲਬਾਤ ਹੋ ਜਾਣੀ, ਬਾਕੀ ਇਹਨਾਂ ਸਾਰਾ ਸਾਫ਼ ਕਰਤਾ ਫਿਰ ਉਹ ਵੀ ਦਿਖਾਉਣੇ ਆ ਤੁਹਾਨੂੰ। ਲੈ ਜੀ ਮਿੱਤਰੋ ਥੋੜ੍ਹਾ ਜਿਹਾ ਤੁਹਾਨੂੰ ਦਿਖਾ ਦੀ ਇੱਧਰੋਂ, ਦੇਖੋ ਬਈ ਸਾਫ਼ ਸਫਾਈ ਤਾਂ ਤੰਦਰ ਪੂਰੀ ਕਰਦੇ ਹੈਗੇ, ਹਜੇ ਕਰੀ ਜਾਂਦੇ ਹੈਗੇ ਅਤੇ ਚੱਕ ਤਾ ਵੀ ਕੰਮ, ਘੈਂਟ ਧੋਂਦੇ ਆ ਵੀ ਟਰੱਕ ਤਾਂ। ਬਾਕੀ ਇਹਨਾਂ ਦਾ ਨਾਲ ਨੰਬਰ ਦੇ ਦਾਂਗੇ ਕਿਸੇ ਵੀ ਭੈਣ ਭਾਈ ਨੇ ਆਪਣਾ ਟਰੱਕ ਦਵਾਉਣਾ ਹੋਵੇ ਅਤੇ ਇਹਨਾਂ ਨੂੰ ਕਾਲ ਕਰ ਲਿਓ, ਸੈਕਰਾ ਮਿੰਟੋ ਰਹਿੰਦੇ ਹੈਗੇ ਅਤੇ ਆਲੇ ਦੁਆਲੇ ਦੇ ਏਰੀਏ 'ਚ ਮੰਨ ਲਓ ਜਾਂਦੇ ਆ ਸਾਰੇ ਕਿਤੇ ਇਹ। ਬਾਕੀ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਧੰਨਵਾਦ।